ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਨੇ ਉਹ ਵੋਟਾਂ ਪਾਉਣ ਦੀ ਤਾਕਤ ਤੇ ਰੱਖਦੇ ਨੇ ਪਰ ਹੁਣ ਚੋਣਾਂ ਦੇ ਵਿੱਚ ਖੜੇ ਹੋ ਕੇ ਜਿੱਤਣ ਦੀ ਤਾਕਤ ਵੀ ਰੱਖ ਰਹੇ ਨੇ ਸੋ ਜੀ ਆ ਤੁਸੀਂ ਬਿਲਕੁਲ ਸੱਚ ਸੁਣਿਆ ਸੋ ਬੇਨਤੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਨੇ ਭਈਏ ਨੇ ਉਹ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਨੇ ਹੁਣ ਕਈ ਬੰਦੇ ਜਿਹੜੇ ਨੇ ਉਹ ਇਸ ਗੱਲ ਤੇ ਔਖੇ ਭਾਰੇ ਹੋ ਜਾਣ। ਵੀ ਇਹਨਾਂ ਨੂੰ ਭਈਏ ਕਿਉਂ ਕਿਹਾ? ਜਿਵੇਂ ਇਹਨਾਂ ਦੇ ਕੋਈ ਸਕੇ ਹੋਣ, ਕੋਈ ਰਿਸ਼ਤੇਦਾਰ ਹੋਣ। ਅਸੀਂ ਇਹਨਾਂ ਨੂੰ ਭਈਏ ਵੀ ਨਹੀਂ ਕਹਿ ਸਕਦੇ। ਇਹ ਸਾਡੇ ਤੇ ਡਾਂਗਾ ਮਾਰ ਸਕਦੇ ਨੇ, ਸਾਡੇ ਤੇ ਹਮਲੇ ਕਰ ਸਕਦੇ ਨੇ, ਸਾਡੀਆਂ ਧੀਆਂ ਭੈਣਾਂ ਨੂੰ ਇਹ ਗੰਦੇ-ਗੰਦੇ ਕਮੈਂਟ ਕਰ ਸਕਦੇ ਨੇ। ਅਸੀਂ ਇਹਨਾਂ ਨੂੰ ਭਈਏ ਵੀ ਨਾ ਕਹੀਏ। ਬੜੀ ਹੈਰਾਨਗੀ ਦੀ ਗੱਲ ਹੈ। ਅਸੀਂ ਆਪ ਤਾਂ ਚੱਕ ਕੇ ਮੂੰਹ ਬਾਹਰ ਅਮਰੀਕੇ ਕੈਨੇਡਾ ਤੁਰ ਗਏ ਤੇ ਇਹ ਲੋਕ ਉਹਰੇ ਸਰਦਾਰੀਆਂ ਕਰ ਰਹੇ ਨੇ ਤੇ ਸਾਨੂੰ ਸ਼ਰਮ ਹੋਣੀ ਚਾਹੀਦੀ ਸਾਡੇ ਘਰ ਤੱਕ ਇਹਨਾਂ ਲੋਕਾਂ ਨੇ ਸਾਂਭਲੇ ਸਾਡੀਆਂ ਕਾਰੋਬਾਰ ਇਹਨਾਂ ਲੋਕਾਂ ਨੇ ਸਾਂਭਲੇ ਅੱਜ ਹੱਦ ਤੋਂ ਵੱਧ ਜੇ ਗੱਲ ਕਰੇ 60% ਭਈਆ ਪੰਜਾਬ ਦੇ ਵਿੱਚ ਕਾਬਜ ਹੋ ਚੁੱਕਿਆ ਹੈ ਤੇ ਹਲੇ ਅਸੀਂ ਸੋਚਦੇ ਆਂ ਵੀ ਚਿੰਤਾ ਦਾ ਕਿਹੜਾ ਕੋਈ ਵਿਸ਼ਾ ਹੈ ਜੀ ਉਸ ਦਿਨ ਚਿੰਤਾ ਦਾ ਵਿਸ਼ਾ ਮੰਨਾਂਗੇ ਜਿੱਦਣ ਇਹ ਸਾਨੂੰ ਡਾਂਗਾ ਮਾਰ ਮਾਰ ਪੰਜਾਬ ਚੋਂ ਕੱਢਣਗੇ ਕੀ 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 ਸੋਚ ਰਹੇ ਆਂ ਅਸੀਂ ਭਈਆਂ ਨੂੰ ਨੈਸਲਟੀ ਦੇਣੀ ਸਰਕਾਰ ਸੁੱਤੀ ਪਈਆ ਇੱਥੇ ਉਹਨਾਂ ਨੂੰ ਰਾਸ਼ਨ ਕਾਰਡ ਬਣਾ ਕੇ ਦੇ ਦੇਣੇ ਉਹਨਾਂ ਦੀਆਂ ਵੋਟਾਂ ਬਣਾ ਦੇਣੀਆਂ ਕੀ ਕੀ ਪੰਜਾਬੀ ਜਿਹੜੇ ਨੇ ਉਹ ਪੰਜਾਬੀ ਇੱਥੇ ਠੀਕ ਨਹੀਂ ਲੱਗਦੇ ਵਧੀਆ ਨਹੀਂ ਲੱਗਦੇ ਅਸੀਂ ਜਾ ਕੇ ਕਿਤੇ ਜੁਪੀ ਵਿਹਾਰ ਕਿਤੇ ਹਿਮਾਚਲ ਦੇ ਵਿੱਚ ਜ਼ਮੀਨ ਖਰੀਦਣੀ ਹੋਵੇ ਨਾ ਜਾ ਕੇ ਘਰ ਖਰੀਦਣਾ ਹੋਵੇ ਜਾਂ ਕੋਈ ਕਾਰੋਬਾਰ ਸ਼ੁਰੂ ਕਰਨਾ ਹੋਵੇ ਉੱਥੋਂ ਦੀ ਸਰਕਾਰ ਤੋਂ ਸਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਤੇ ਸਾਨੂੰ ਪਰਮਿਸ਼ਨ ਨਹੀਂ ਦਿੰਦੇ ਹੈਗੇ ਅਸੀਂ ਜਿੰਨੇ ਛੇਤੀ ਇਹਨਾਂ ਨੂੰ ਵੋਟਾਂ ਬਣਾ ਬਣਾ ਦੇ ਦਿੰਨੇ ਹਾਂ ਹੋਰ ਇਹ ਵੋਟ ਪਾਉਣ ਦਾ ਅਧਿਕਾਰ ਤੇ ਅਸੀਂ ਇਹਨਾਂ ਨੂੰ ਦਿੱਤਾ ਹੀ ਤੇ ਹੁਣ ਵੱਡੇ ਪੱਧਰ ਤੇ ਤਿਆਰੀ ਹੋ ਰਹੀ ਹੈ ਇਹ ਲੋਕ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਨੇ ਇੱਕ ਗੱਲ ਯਾਦ ਰੱਖਿਓ ਸਾਡੇ ਲੋਕ ਤੇ ਬਾਹਰ ਨੂੰ ਤੁਰ ਗਏ ਇਹ ਲੋਕ ਇੱਥੇ ਸੱਤਾ 'ਚ ਕਾਬਜ਼ ਹੋ ਕੇ ਸਾਨੂੰ ਉਹ ਦਿਨ ਦੂਰ ਨਹੀਂ ਜਦੋਂ ਇੱਥੋਂ ਬਾਹਰ ਕੱਢਣਗੇ ਇਹ ਲੋਕ ਸਾਨੂੰ ਇੱਥੋਂ ਭਜਾਉਣਗੇ ਫਿਰ ਅਸੀਂ ਅੱਖਾਂ ਤੇ ਪੱਟੀਆਂ ਬੰਨ ਬੰਨ ਰੋਵਾਂਗੇ ਕੁਸੁੰਨ ਦੇ ਕੇ ਰੋਵਾਂਗੇ ਅੱਖਾਂ 'ਚ ਵੀ ਆ ਕੀ ਕਰ ਬੈਠੇ ਅਸੀਂ ਸਾਨੂੰ ਹਲੇ ਤੱਕ ਸਮਝ ਨਹੀਂ ਆਈ ਅਸੀਂ ਹਲੇ ਤੱਕ ਬਾਹਰ ਆਇਆਂ ਇਨਾਂ ਚੀਜ਼ਾਂ ਤੋਂ ਸਾਨੂੰ ਹਜੇ ਪਤਾ ਨਹੀਂ ਲੱਗ ਸਕਿਆ ਵੀ ਕੀ ਕਰੀਏ ਕੀ ਨਾ ਕਰੀਏ ਸਾਨੂੰ ਨਹੀਂ ਪਤਾ ਇਸ ਗੱਲ ਦਾ ਅਸੀਂ ਜਾਣ ਹੀ ਨਹੀਂ ਸਕੇ ਇਸ ਗੱਲ ਬਾਰੇ ਅਸੀਂ ਸਮਝ ਹੀ ਨਹੀਂ ਸਕੇ ਇਸ ਗੱਲ ਬਾਰੇ ਅਸੀਂ ਇਸ ਗੱਲ ਬਾਰੇ ਜਾਣ ਹੀ ਨਹੀਂ ਸਕੇ ਸਾਨੂੰ ਪਤਾ ਹੀ ਨਹੀਂ ਲੱਗ ਸਕਿਆ ਵੀ ਕੀ ਕਰੀਏ ਕੀ ਨਾ ਕਰੀਏ ਪੰਜਾਬ ਦੇ ਵਿੱਚ ਇਹ ਲੋਕ ਇੰਨੇ ਕੁ ਜ਼ਿਆਦਾ ਇਹ ਫੈਲ ਚੁੱਕੇ ਨੇ ਤੁਸੀਂ ਇੱਕ ਗੱਲ ਕਦੇ ਸੋਚੋ ਪੰਜਾਬ ਦੇ ਵਿੱਚ ਭਈਏ ਰਾਜ ਲਿਆਉਣ ਲਈ ਕੀ ਉਹਨਾਂ ਨੂੰ ਕੋਈ ਸਰਕਾਰ ਹਿੰਮਤ ਦੇ ਰਹੀ ਹੈ ਵੱਡੇ ਪਲਾਨ ਹੈ ਨਹੀਂ ਜੀ ਕੁਝ ਕੁਝ ਵੱਡੇ ਪਲਾਨ ਨੇ ਇਹਨਾਂ ਲੋਕਾਂ ਨੂੰ ਨੈਸਿਓਨੈਲਿਟੀ ਆ ਦੇਣੀ ਆ ਇਹਨਾਂ ਲੋਕਾਂ ਨੂੰ ਚੋਣਾਂ ਲੜਨ ਦਾ ਅਧਿਕਾਰ ਦੇਣਾ ਇਹਨਾਂ ਲੋਕਾਂ ਨੂੰ ਪੰਜਾਬੀਆਂ ਦੇ ਸਿਰ 'ਚ ਗਲੀਆਂ ਕਰਨ ਦਾ ਕ ਇਹਨਾਂ ਨੂੰ ਕਹਿ ਦੇਣਾ ਤੇ ਇਹ ਸਭ ਤੋਂ ਵੱਡੀ ਕਾਰਜਕਾਰੀ ਹੈ ਏਜੰਸੀਆਂ ਦੀ ਚਾਲ ਆ ਇਹ ਪੰਜਾਬ ਨੂੰ ਕਿਵੇਂ ਖਤਮ ਕਰੀਏ ਹਰ ਰੋਜ਼ ਉਹ ਬਹਿ ਕੇ ਟਾਕ ਕਰਦੇ ਆ ਹਰ ਰੋਜ਼ ਬਹਿ ਕੇ ਉਹ ਟੇਬਲ ਟਾਕ ਹੁੰਦੀ ਹੈ ਹਰ ਰੋਜ਼ ਬਹਿ ਕੇ ਉਹ ਗੱਲਾਂ ਬਾਤਾਂ ਚੱਲਦੀਆਂ ਨੇ ਤੇ ਪੰਜਾਬ ਨੂੰ ਅੱਧਾ ਕੁਤੇ ਖਤਮ ਕਰਤਾ ਸੋਸ਼ਲ ਮੀਡੀਆ ਤੇ ਤੁਸੀਂ ਵੇਖੋ ਸਾਡੇ ਪੰਜਾਬ ਦੇ ਜਿਹਨੂੰ ਹਰੀ ਸਿੰਘ ਨਲੂਏ ਦੇ ਵਾਰਿਸ ਕਿਹਾ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਿਸ ਜਿਨ੍ਹਾਂ ਨੇ ਪੰਜਾਬ ਨੂੰ ਬਚਾਇਆ ਇਹ ਲੋਕ ਲੱਕ ਹਿਲਾ ਰਹੇ ਨੇ ਨੱਚ ਰਹੇ ਨੇ ਸੋਸ਼ਲ ਮੀਡੀਆ ਤੇ ਕੀ ਇਹ ਲੋਕ ਚਾਕੇ ਤਲਵਾਰ ਜੰਗ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਉਹਨਾਂ ਵੈਰੀਆਂ ਦਾ ਮੁਕਾਬਲਾ ਕਰ ਲੈਣਗੇ ਕਦੇ ਸੋਚੋ ਤੁਸੀਂ ਸਾਡੇ ਤੇ ਇਹ ਲੋਕ ਰਾਜ ਨਹੀਂ ਕਰਨਗੇ ਤੇ ਹੋਰ ਕੌਣ ਕਰਨਗੇ ਸਾਡੀ ਰਾਜ ਕਰਨ ਵਾਲੀ ਜਿਹੜੀ ਗਤੀ ਸੀ ਉਹ ਤਾਂ ਚਲੀ ਗਈ ਹੈ ਹਿਸਾਬ ਨਾਲ ਅਸੀਂ ਸਮਝਦੇ ਹਾਂ ਸੋ ਪਿਆਰਿਓ ਅੱਜ ਅਸੀਂ ਅਮਰਤਪਾਲ ਨੂੰ ਮਾੜਾ ਕਿਨੇ ਕੀ ਗੱਲ ਬਈ ਅਮਰਤਪਾਲ ਮਾੜਾ ਕਿਉਂਗਾ ਉਹ ਤੇ ਐਨਐਸਏ ਲਾ ਕੇ ਉਹਨੂੰ ਜੇਲ੍ਹ ਚ ਸੁੱਟਦਾ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਂਦਾ ਨਸ਼ਿਆਂ ਦਾ ਕੋਡ ਸਾਡੇ ਚ ਲਿਆ ਕੇ ਸੁੱਟਦਾ ਨਸ਼ਿਆਂ ਦੇ ਵਿੱਚ ਸਾਡੇ ਨੌਜਵਾਨ ਇੰਨੇ ਪੈ ਗਏ ਉਹ ਆਪਣੇ ਘਰ ਨੂੰ ਘਰ ਨਹੀਂ ਸਮਝ ਰਹੇ ਇਹ ਲੋਕਾਂ ਨੇ ਤੇ ਰਾਜ ਕਰਨ ਨਹੀਂ ਹੋਇਆ ਅਸੀਂ ਕਿੱਧਰ ਚਲੇ ਗਏ ਪੰਜਾਬੀਓ ਸੋਚੋ ਜ਼ਰਾ ਇੱਕ ਵਾਰ ਹਾਲਾਂਕਿ ਮੈਂ ਨਹੀਂ ਚਾਹੁੰਦਾ ਕਿ ਠੀਕ ਹੈ ਸਾਰੇ ਇੱਕਸਾਰ ਨਹੀਂ ਹੁੰਦੇ ਪਰ ਬਹੁਤ ਆਦ ਦੇ ਵਿੱਚ ਇਹਨਾਂ ਦਾ ਆ ਕੇ ਸਾਡੇ ਤੇ ਰਾਜ ਕਰਨਾ ਸਾਨੂੰ ਗਾਲਾਂ ਕੱਢਣਾ ਸਾਡੇ ਲੋਕਾਂ ਨੂੰ ਆਪਣੇ ਗੁਲਾਮ ਬਣਾਉਣਾ ਭਈਆਂ ਦਾ ਮੈਂ ਸਮਝਦਾ ਬਹੁਤ ਚਿੰਤਾ ਦਾ ਵਿਸ਼ਾ ਹਲੇ ਵੀ ਜਾਗ ਜਾਓ ਨਹੀਂ ਉਹ ਦਿਨ ਦੂਰ ਨਹੀਂ ਜਦੋਂ ਸਾਡੀਆਂ ਨਸਲਾਂ ਤੱਕ ਦਾਗੀ ਹੋ ਜਾਣਗੀਆਂ ਤੁਸੀਂ ਸਮਝ ਹੀ ਗਏ ਹੋਵੋਗੇ ਵੈਸੇ ਮੈਂ ਬਹੁਤਾ ਇੱਥੇ ਬਿਆਨ ਨਹੀਂ ਕਰ ਸਕਦਾ ਤੁਸੀਂ ਸਾਰੇ ਸਮਝਦਾਰ ਹੋ ਇਹਨਾਂ ਗੱਲਾਂ ਨੂੰ ਜ਼ਰੂਰ ਸਮਝੋ ਹਲੇ ਸੈਂਟਰਾਂ ਦੇ ਵਿੱਚ ਕੀ ਕੁਝ ਹੁੰਦਾ ਹੈ ਮੈਡੀਕਲ ਲਾਈਨ ਦੇ ਵਿੱਚ ਕੀ ਕੁਝ ਹੁੰਦਾ ਹੈ ਤੇ ਜੋ ਆਈਵੀਐਫ ਕੀਤਾ ਜਾਂਦਾ ਨਾ ਬੱਚੇ ਪੈਦਾ ਕਰਨ ਲਈ ਉਹਦੇ ਵਿੱਚ ਕੀ ਕੀ ਕੁਝ ਹੁੰਦਾ ਹੈ ਜੇ ਮੈਂ ਪੋਲਾ ਖੋਲ ਦਿੱਤੀਆਂ ਤੁਹਾਡੇ ਲੋਕਾਂ ਦੇ ਦੰਦ ਜੁੜ ਜਾਣਗੇ ਵੀ ਕੀ ਕੀ ਹੋ ਰਿਹਾ ਹੈ ਹਲੇ ਵੀ ਸੰਭਲ ਜੋ ਜੇ ਤੁਹਾਡੇ ਵਿੱਚ ਕੋਈ ਗੈਰਤ ਹੈ ਜਰਾ ਸਮਝੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ